ਨੌਜਵਾਨ ਨਵੀਂ ਉਮਰ ਦੇ ਪੱਗਾਂ ਬੰਨੀਆਂ ਹੋਈਆਂ ਸੀ ਬੁਲੇਟ ਮੋਟਰਸਾਈਕਲ ਜਿੰਨਾਂ ਦਾ ਨੰਬਰ ਹੈ ਨਹੀਂ ਸੀ ਇੱਕ ਦੇ ਕੋਲ ਮਾਊਜ਼ਰ ਸੀ ਜਿਹੜਾ ਕਿ ਆਮ ਪੁਲਿਸ ਮੁਲਾਜ਼ਮਾਂ ਕੋਲ ਹੁੰਦਾ ਹੈ ਦੂਸਰੇ ਕੋਲ ਇੱਕ ਰਵਲਵਰ ਸੀ ਜਿਹੜਾ ਆਮ ਸਾਈਜ਼ ਤੋਂ ਵੱਡਾ ਹੁੰਦਾ ਹੈ ਉਹ ਵੀ ਪੁਲਸ ਵਾਲਿਆਂ ਕੋਲ ਦੇਖਿਆ ਗਿਆ ਸਜਾ ਉਹਨਾਂ ਨੇ ਮੈਨੂੰ ਹੱਥ ਦਿੰਦੇ ਐਨੀ ਤੇਜ਼ੀ ਦੇ ਨਾਲ ਮੇਰੇ ਮੋਬਾਈਲ ਕੰਨ ਤੇ ਲਾਇਆ ਤੇ ਦੂਜੇ ਪਾਸੇ ਮੈਨੂੰ ਆਵਾਜ਼ ਆਈ ਕਿ ਮੈਂ ਤੇ ਬਾਹਰ ਆ ਗਿਆ ਹੁਣ ਤੁਸੀਂ ਦੇਖੋ ਆਪਣਾ ਕੀ ਕਰਦੇ ਹੋ ਬੜਾ ਅਫਸੋਸ ਹੋਇਆ ਮੈਂ ਸਨਾਮ ਲੋਕਲ ਡੀਐਸਪੀ ਸਾਹਿਬ ਕੋਲ ਵੀ ਗਿਆ ਜਦਕਿ ਮੈਂ ਕੋਈ ਰਿਟਰਨ ਲੈ ਕੇ ਨਹੀਂ ਗਿਆ ਕੁਛ ਨਹੀਂ ਇਦਾਂ ਹੀ ਜ਼ੁਬਾਨੀ ਨਾਲ ਉਹਨਾਂ ਨੂੰ ਜਾ ਕੇ ਦੱਸਿਆ ਕਿ ਮੈਨੂੰ ਅੱਜ ਮੇਰੇ ਨਾਲ ਆ ਘਟਨਾ ਹੋਈ ਦੋ ਹਥਿਆਰਬੰਦ ਬੰਦਿਆਂ ਨੂੰ ਜਿਨ੍ਹਾਂ ਦੇ ਮੋਟਰਸਾਈਕਲ ਤੇ ਨੰਬਰ ਵੀ ਹੈ ਨਹੀਂ ਉਹਨਾਂ ਨੇ ਮੈਨੂੰ ਸੰਭਲਣ ਦਾ ਟਾਈਮ ਨਹੀਂ ਦਿੱਤਾ ਜਿਵੇਂ ਮੈਂ ਮੋਟਰਸਾਈਕਲ ਦੀਆਂ ਬ੍ਰੇਕਾਂ ਮਾਰੀਆਂ ਔਰ ਉਹਨਾਂ ਨੇ ਮੈਨੂੰ ਫੋਨ ਸਨਾਇਆ ਨਾਲ ਦੀ ਨਾਲ ਉਹਨਾਂ ਦੇ ਹੱਥੇ ਚ ਹੀ ਫੋਨ ਹੋਰ ਵਾਪਸ ਚਲੇ ਗਿਆ ਸਜਾ ਤੋਂ ਬਾਹਰ ਵੀ ਨਹੀਂ ਆਇਆ ਔਰ ਪਹਿਲਾਂ ਹੀ ਐਡਵਾਂਸ ਵਿੱਚ ਧਮਕੀਆਂ ਦੇ ਰਿਹਾ ਔਰ ਇੱਕ ਐਸਾ ਜ਼ਿੰਮੇਵਾਰ ਅਫਸਰ ਜਿਨੇ ਸਿਰਫ 1 ਲੱਖ ਰੁਪਏ ਪਿੱਛੇ ਬੰਦਾ ਮਾਰਿਆ ਹੋਵੇ ਉਹਨੂੰ ਸਰਕਾਰਾਂ ਮਾਫੀ ਦੇਣ ਜਾ ਰਹੀਆਂ ਨੇ ਬੜੀ ਹੈਰਾਨੀ ਦੀ ਗੱਲ ਇਹ 1 ਲੱਖ ਰੁਪਏ ਦੀ ਕਤਨਾ ਕੀ ਹੈ ਜੀ ਦੱਸੋ ਦਰਸ਼ਕੋ ਅੱਜ ਜੋ ਕੇਸ ਲੈ ਕੇ ਅਸੀਂ ਪੇਸ਼ ਹੋਏ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਉਹ 1993 ਦਾ ਆ ਜਦੋਂ ਤੇਜਿੰਦਰ ਸਿੰਘ ਨਾਂ ਦੇ ਇੱਕ ਸਿੱਖ ਨੌਜਵਾਨ ਨੂੰ ਜੋ ਕਿ ਬਹੁਤ ਅੱਛਾ ਫੁੱਟਬਾਲਰ ਸੀ ਉਸ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ ਸੁਨਾਮ ਤੋਂ ਉਹਦੇ ਘਰ ਤੋਂ ਤੇ ਉਹ ਅੱਜ ਤੱਕ ਨਹੀਂ ਮਿਲਿਆ ਇਸ ਮਾਮਲੇ ਦੇ ਵਿੱਚ ਬਹੁਤ ਲੰਮਾ ਸਮਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਵੀ ਕੇਸ ਚੱਲਿਆ ਸੁਪਰੀਮ ਕੋਰਟ ਤੱਕ ਗੱਲ ਗਈ ਸੀਬੀਆਈ ਨੇ ਜਾਂਚ ਕੀਤੀ ਫਿਰ ਸੀਬੀਆਈ ਦੀ ਪਟਿਆਲਾ ਅਦਾਲਤ ਨੇ 2013 ਦੇ ਵਿੱਚ ਇਸ ਮਾਮਲੇ ਦੇ ਵਿੱਚ ਦੋ ਤਿੰਨ ਉਸ ਸਮੇਂ ਦੇ ਪੁਲਿਸ ਅਫਸਰਾਂ ਨੂੰ ਜਿਹੜਾ ਹੈਗਾ ਦੋਸ਼ੀ ਕਰਾਰ ਦੇ ਕੇ 10 ਸਾਲ ਦੀ ਸਜ਼ਾ ਸੁਣਾਈ ਜਿਨ੍ਹਾਂ ਚ ਸਭ ਤੋਂ ਮੋਰੀ ਨਾਂ ਹੈਗਾ ਉਹ ਹੈਗਾ ਪ੍ਰਿਤਪਾਲ ਸਿੰਘ ਵਿਰਕ ਜੋ ਕਿ ਉਸ ਵੇਲੇ 1993 ਚ ਸੁਨਾਮ ਦੇ ਐਸਪੀ ਡੀਸੀ ਜੋ ਕਿ ਬਾਅਦ ਚ ਐਸਐਸਪੀ ਬਣ ਕੇ ਰਿਟਾਇਰ ਹੋਏ ਤੇ ਅੱਜ ਕੱਲ ਉਹਨਾਂ ਨੂੰ ਸਜ਼ਾ ਹੋਈ ਹੋਈ ਹੈ ਤੇ ਉਹ ਪਰੋਲ ਤੇ ਬਾਹਰ ਨੇ ਤੁਹਾਨੂੰ ਯਾਦ ਹੋਵੇਗਾ ਕਿ ਕੁਝ ਦਿਨ ਪਹਿਲਾਂ ਅਸੀਂ ਇਸੇ ਮਾਧਿਅਮ ਰਾਹੀਂ ਆਪਣੇ ਟੀਵੀ ਦੇ ਉੱਤੇ ਖੁਲਾਸਾ ਕੀਤਾ ਸੀ ਕਿ 550 ਪ੍ਰਕਾਸ਼ਪੁਰਬ ਦੇ ਸਬੰਧ ਦੇ ਵਿੱਚ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਵੀ ਇਕਰੀਬ ਅਜੀਹੇ ਦਾਗੀ ਪੁਲਿਸ ਵਾਲਿਆਂ ਨੂੰ ਸਜ਼ਾ ਮੁਆਫੀ ਦੇਣ ਜਾ ਰਹੀ ਹੈ ਕੇਂਦਰ ਦੇ ਗ੍ਰਹਿ ਮੰਤਰਾਲੇ ਤੋਂ ਇਹਨਾਂ ਨੇ ਪ੍ਰਵਾਨਗੀ ਮੰਗੀ ਹੈ ਜਿਸ ਚ ਪੰਜ ਨਾਂ ਸਪਸ਼ਟ ਹੋ ਚੁੱਕੇ ਨੇ ਜਿਨ੍ਹਾਂ ਚ ਸਭ ਤੋਂ ਮੋਹਰੀ ਨਾਮ ਪ੍ਰਿਤਪਾਲ ਸਿੰਘ ਵਿਰਕਦਾ ਹੈ ਇਸ ਮਾਮਲੇ 'ਚ ਮੁੜ ਕੇ ਇਹ ਹਾਲੇ ਪ੍ਰਿਤਪਾਲ ਸਿੰਘ ਵਿਰਕ ਦੀ ਰਿਹਾਈ ਹੋਈ ਨਹੀਂ ਸਜ਼ਾ ਮੁਆਫੀ ਹੋਈ ਨਹੀਂ ਤਾਂ ਇਸ ਤੋਂ ਪਹਿਲਾਂ ਹੀ ਜੋ ਨੌਜਵਾਨ ਇਹਨਾਂ ਨੇ ਖੁਰਦਗੁਰਦ ਕੀਤਾ ਸੀ ਉਹਦਾ ਪਰਿਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਗਿਆ ਜਿਸ ਚ ਇਸ ਗੱਲ ਦੀ ਪੁਸ਼ਟੀ ਹੋ ਗਈ ਜਦੋਂ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ ਕਿ ਸੱਚੀ ਹੀ ਪ੍ਰਿਤਪਾਲ ਸਿੰਘ ਵਿਰਕ ਨੂੰ ਸਜ਼ਾ ਮੁਆਫੀ ਦੇਣ ਜਾ ਰਹੀ ਹੈ ਹਾਲਾਂਕਿ ਮਾਮਲਾ ਹਾਲੇ ਮੁਰਲੇ ਪੜਾ ਦੇ ਉੱਤੇ ਹੈ ਪਰ ਇਸ ਬਾਰੇ ਹਾਲੇ ਬੀਤੇ ਕੱਲ ਹੀ ਬੁੱਧਵਾਰ ਨੂੰ ਇਸੇ ਕੇਸ ਦੇ ਵਿੱਚ ਪੰਜਾਬ ਦੇ ਡੀਆਈਜੀ ਜੇਲਾ ਐਲਐਸ ਜਾਖੜ ਨੇ ਜੋ ਉਹਨਾਂ ਨੇ ਐਫੀਡੇਵਿਟ ਦਿੱਤਾ ਹੈ ਜਿਸ 'ਚ ਉਹਨਾਂ ਨੇ ਕਿਹਾ ਕਿ 23 ਤਰੀਕ ਨੂੰ ਜੇਲ ਪੰਜਾਬ ਦੇ ਜੇਲ ਵਿਭਾਗ ਨੂੰ ਜਿਹੜੀ ਹੈਗੀ ਹੈ ਚਿੱਠੀ ਆ ਗਈ ਸੀ ਕਿ ਪ੍ਰਤਪਾਲ ਸਿੰਘ ਫਿਰਕ ਦੀ سزا ਮੁਆਫੀ ਕਰਨ ਜਾ ਰਹੇ ਆ ਇਹ ਤਰੀਕ ਇਸ ਕਰਕੇ ਇੰਪੋਰਟੈਂਟ ਹੈ ਕਿ 23 ਅਕਤੂਬਰ 2019 ਪਿਛਲੇ ਮਹੀਨੇ ਜਦੋਂ ਪੰਜਾਬ ਦੇ ਜੇਲ ਵਿਭਾਗ ਕੋਲੇ ਚਿੱਠੀ ਜਾਂਦੀ ਹੈ ਤਾਂ ਉਦੋਂ ਹੀ ਜਿਹੜਾ ਨੌਜਵਾਨ ਤਜਿੰਦਰ ਸਿੰਘ ਮਾਰਿਆ ਜਦੋਂ ਖੁਰਦਬੁਰਦ ਹੋਇਆ ਮੁੜ ਕੇ ਮਿਲਿਆ ਨਹੀਂ ਹੁਣ ਤੱਕ ਉਹਦੇ ਭਰਾ ਨੇ ਜਗਰੂਪ ਸਿੰਘ ਜੋ ਕਿ ਹੁਣ ਵੀ ਸੁਨਾਮ ਚ ਰਹਿੰਦੇ ਨੇ ਉਹਨਾਂ ਕੋਲ ਦੋ ਸਾਦੇ ਕੱਪੜਿਆਂ ਦੇ ਵਿੱਚ ਵਿਅਕਤੀ ਆਉਂਦੇ ਨੇ ਜਿਨ੍ਹਾਂ ਦੇ ਕੋਲ ਹਥਿਆਰ ਵੀ ਸੀ ਤੇ ਉਹ ਜਗਰੂਪ ਸਿੰਘ ਨੇ ਕੰਨ ਨੂੰ ਫੋਨ ਲਾਉਂਦੇ ਨੇ ਫੋਨ ਤੇ ਅੱਗੋਂ ਆਵਾਜ਼ ਆ ਜਾਂਦੀ ਹੈ ਕਿ ਮੈਂ ਤਾਂ ਹੁਣ ਛੁੱਟ ਗਿਆ ਬਚ ਗਿਆ ਤੁਸੀਂ ਕਰ ਲਓ ਆਪਣਾ ਕੀ ਕਰਨਾ ਹੈ ਮਤਲਬ ਕਿ ਜਿਸ ਤੋ ਸਪਸ਼ਟ ਹੁੰਦਾ ਹੈ ਕਿ ਬਰਾਬਰ ਜਾਣਕਾਰੀ ਪ੍ਰਿਤਪਾਲ ਸਿੰਘ ਵਿਰਕ ਜੋ ਕੇ ਪਰੋਲ ਤੇ ਬਾਹਰ ਹੈ ਜਾਂ ਕਿਸੇ ਹੋਰ ਬੰਦੇ ਨੂੰ ਪਹੁੰਚਾਈ ਗਈ ਤੇ ਉਸ ਨੇ ਫਿਰ ਲਲਕਾਰਾ ਮਾਰਿਆ ਕਿ ਦੇਖੋ ਮੈਂ ਤੁਹਾਡਾ ਬੰਦਾ ਵੀ ਮਾਰਦਾ ਸੀ ਕਿ ਮੈਂ ਹੁਣ ਛੁੱਟਣ ਵੀ ਜਾ ਰਿਹਾ ਤੁਸੀਂ ਕਰ ਲਓ ਕੀ ਕਰਦੇ ਹੋ ਤੁਸੀਂ ਇੰਨੇ ਸਾਲ ਲੜੇ ਹੋ ਜਗਰੂਪ ਸਿੰਘ ਜਿਨ੍ਹਾਂ ਨੂੰ ਫੋਨ ਦੇ ਉੱਤੇ 23 ਤਰੀਕ ਨੂੰ ਹੀ ਧਮਕੀ ਮਿਲੀ ਹੈ ਤੇ 23 ਤਰੀਕ ਨੂੰ ਹੀ ਪੰਜਾਬ ਸਰਕਾਰ ਨੂੰ ਜਿਹੜੀ ਜਾਣਕਾਰੀ ਮਿਲੀ ਹੈ ਜੇਲ੍ਹ ਵਿਭਾਗ ਨੂੰ ਕਿ ਪ੍ਰਿਤਪਾਲ ਸਿੰਘ ਵਿਰਕ ਦੀ ਸਜ਼ਾ ਮਾਫੀ ਹੋ ਰਹੀ ਹੈ ਉਹ ਜਗਰੂਪ ਸਿੰਘ ਇਸ ਵਕਤ ਸਾਡਾ ਲਾਲ ਸਟੂਡੀਓ ਚ ਬਣੇ ਹੋਏ ਨੇ ਜਗਰੂਪ ਸਿੰਘ ਜੀ ਤੁਹਾਡਾ ਸਵਾਗਤ ਹੈ ਸੋਸਾਇਕੋਲਜੀ ਪਹਿਲਾਂ ਦੱਸੋ ਕਿ 23 ਤਰੀਕ ਦੀ ਆਪਾਂ ਘਟਨਾ ਖੀ ਸੀ ਆਪਾਂ ਉਸ ਤੋਂ ਬਾਅਦ ਅਗਲੀ ਗੱਲ ਤੇ ਜਾਂਦੇ ਆ ਸਾਡਾ ਸੁਨਾਮ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਹੋਇਆ ਜੀ ਇੱਕ ਰੇਲਵੇ ਲਾਈਨ ਦੇ ਦੂਸਰੇ ਪਾਸੇ ਔਰ ਅੱਧਾ ਸੁਨਾਮ ਦੂਸਰੇ ਪਾਸੇ ਸਾਡੀ ਪ੍ਰਾਣੀ ਰਹਿਸ਼ ਰੇਲਵੇ ਸਟੇਸ਼ਨ ਦੇ ਓਪੋਜੀਟ ਹੈ ਜਦੋਂ ਹੀ ਮੈਂ ਰੇਲਵੇ ਲਾਈਨ ਕਰਾਸ ਕਰਕੇ ਆਪਣੇ ਘਰ ਵੱਲ ਨੂੰ ਮੁੜਿਆ ਉੱਥੇ ਵਿਸ਼ਕਰਮਾ ਮੰਦਿਰ ਦੇ ਥੱਲੇ ਮੈਨੂੰ 9 ਦੋ ਨੌਜਵਾਨ ਨਵੀਂ ਉਮਰ ਦੇ ਪੱਗਾਂ ਬੰਨੀਆਂ ਹੋਈਆਂ ਸੀ ਬੁਲੇਟ ਮੋਟਰਸਾਈਕਲ ਜਿਹਨਾਂ ਦਾ ਨੰਬਰ ਹੈ ਨਹੀਂ ਸੀ ਇੱਕ ਦੇ ਕੋਲ ਮੌਜ਼ਰ ਸੀ ਜਿਹੜਾ ਕਿ ਆਮ ਪੁਲਿਸ ਮੁਲਾਜ਼ਮਾਂ ਕੋਲ ਹੁੰਦਾ ਹੈ ਦੂਸਰੇ ਕੋਲ ਇੱਕ ਰਵਲਵਰ ਸੀ ਜਿਹੜਾ ਆਮ ਸਾਈਜ਼ ਤੋਂ ਵੱਡਾ ਹੁੰਦਾ ਹੈ ਉਹ ਵੀ ਪੁਲਸ ਵਾਲਿਆਂ ਕੋਲ ਵੇਖਿਆ ਜਾ ਸਕਦਾ ਉਹਨਾਂ ਨੇ ਮੈਨੂੰ ਹੱਥ ਦਿੰਦੇ ਐ ਨੀਤੀਜੀ ਦੇ ਨਾਲ ਮੇਰੇ ਮੋਬਾਈਲ ਕੰਨ ਤੇ ਲਾਇਆ ਔਰ ਦੂਜੇ ਪਾਸੇੋਂ ਮੈਨੂੰ ਆਵਾਜ਼ ਆਈ ਕਿ ਮੈਂ ਤੇ ਬਾਹਰ ਆ ਗਿਆ ਹੁਣ ਤੁਸੀਂ ਵੇਖੋ ਆਪਣਾ ਕੀ ਕਰਨਾ ਬੜੀ ਹੈਰਾਨੀ ਹੋਈ ਇਸ ਗੱਲ ਦੀ ਜਦ ਕਿ ਸਾਨੂੰ ਕਿਸੇ ਨੂੰ ਵੀ ਨਹੀਂ ਬੜੇ ਆਰਾਮ ਨਾਲ ਜੀਵਨ ਬਤੀਤ ਕਰ ਰਹੇ ਹਾਂ ਕਿਉਂਕਿ ਸਾਨੂੰ ਇਸ ਗੱਲੋਂ ਸੈਟੀਸਫੈਕਸ਼ਨ ਸੀ ਕਿ ਸਾਡੇ ਭਰਾ ਦੇ ਕਾਤਲਾਂ ਨੂੰ سزا ਮਿਲੀ ਹੈ। ਉਹ ਉਸ ਦਿਨ ਬੜੀ ਸੁਣ ਕੇ ਹੈਰਾਨੀ ਹੋਈ। ਬੰਦਾ ਕੋ ਜਵਾਬ ਦੇ ਰਿਹਾ ਕਿ ਮੈਂ ਤੇ ਬਾਹਰ ਆ ਚੱਲੇ ਆ ਮੇਰੀ ਅੱਜ ਰਿਹਾਈ ਹੋਣ ਜਾ ਰਹੀ ਹੈ। ਤੁਸੀਂ ਆਪਣਾ ਵੇਖੋ ਕੀ ਕਰਨਾ ਹੈ। ਬੜਾ ਅਫਸੋਸ ਹੋਇਆ। ਮੈਂ ਸਨਾਮ ਲੋਕਲ ਡੀਐਸਪੀ ਸਾਹਿਬ ਕੋਲ ਵੀ ਗਿਆ। ਜਦਕਿ ਮੈਂ ਕੋਈ ਰਿਟਰਨ ਲੈ ਕੇ ਨਹੀਂ ਗਿਆ, ਕੁਛ ਨਹੀਂ। ਇਦਾਂ ਹੀ ਜ਼ੁਬਾਨੀ ਮੈਂ ਉਹਨਾਂ ਨੂੰ ਜਾ ਕੇ ਦੱਸਿਆ ਕਿ ਮੈਨੂੰ ਅੱਜ ਮੇਰੇ ਨਾਲ ਆ ਘਟਨਾ ਹੋਈ। ਡਿਪਟੀ ਸਾਹਿਬ ਨੇ ਮੈਨੂੰ ਕਿਹਾ ਵੀ ਕਿਉਂ ਨਹੀਂ ਉਹਨਾਂ ਨੂੰ ਖੜਿਆ ਜਾਂ ਕਿਉਂ ਨਹੀਂ ਉਹਨਾਂ ਨੂੰ ਤੂੰ ਜੱਫੀ ਪਾ ਕੇ ਕਿਉਂ ਨਹੀਂ ਸਿੱਟ ਲਈ ਦੋ ਹਥਿਆਰਬੰਦ ਬੰਦਿਆਂ ਨੂੰ ਜਿਨ੍ਹਾਂ ਦੇ ਮੋਟਰਸਾਈਕਲ ਤੇ ਨੰਬਰ ਵੀ ਹੈ ਨਹੀਂ ਔਰ ਉਹਨਾਂ ਨੇ ਮੈਨੂੰ ਸੰਭਲਣ ਦਾ ਟਾਈਮ ਨਹੀਂ ਦਿੱਤਾ ਜਿਵੇਂ ਮੈਂ ਮੋਟਰਸਾਈਕਲ ਦੀਆਂ ਬ੍ਰੇਕਾਂ ਮਾਰੀਆਂ ਔਰ ਉਹਨਾਂ ਨੇ ਮੈਨੂੰ ਫੋਨ ਛਣਾਇਆ ਨਾਲ ਦੀ ਨਾਲ ਉਹਨਾਂ ਦੇ ਹੱਥ ਤੇ ਚ ਹੀ ਫੋਨ ਔਰ ਵਾਪਸ ਚਲੇ ਗਏ ਨਾ ਤੇ ਮੈਂ ਉਹਨਾਂ ਨੂੰ ਫੜ ਸਕਦਾ ਸੀ ਨਾ ਮੈਂ ਉਹਨਾਂ ਦਾ ਪਿੱਛਾ ਕਰ ਸਕਦਾ ਸੀ ਕਿਉਂਕਿ ਹਥਿਆਰਬੰਦ ਨੇ ਮੈਨੂੰ ਨਹੀਂ ਪਤਾ ਉਹ ਕੌਣ ਨੇ ਕੌਣ ਨੇ ਹੂੰ ਮੈਂ ਬڑا ਅਫਸੋਸ ਹੋਇਆ ਪਹਿਲਾਂ ਡਿਪਟੀ ਸਾਹਿਬ ਨੂੰ ਮਿਲਿਆ ਫਿਰ ਮੈਂ ਦੁਬਾਰਾ ਅਗਲੇ ਦਿਨ ਮੈਂ ਗਵਰਨਰ ਸਾਹਿਬ ਨੂੰ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੁਪਰੀਮ ਕੋਰਟ ਚੀਫ ਸਕੱਟਰੀ ਪੰਜਾਬ ਚੀਫ ਸਕੱਟਰੀ ਇੰਡੀਆ ਰਾਸ਼ਟਰਪਤੀ ਸਾਰਿਆਂ ਨੂੰ ਮੈਂ ਮੇਲ ਕੀਤੀ ਕਿ ਸਾਡੇ ਨਾਲ ਇਹ ਹੋਣ ਜਾ ਰਿਹਾ ਹੈ ਜਿਹੜਾ ਬੰਦਾ ਹੱਲੇ ਸਜ਼ਾ ਤੋਂ ਬਾਹਰ ਵੀ ਨਹੀਂ ਆਇਆ ਔਰ ਪਹਿਲਾਂ ਹੀ ਐਡਵਾਂਸ ਵਿੱਚ ਧਮਕੀਆਂ ਦੇ ਰਿਹਾ ਔਰ ਇੱਕ ਐਸਾ ਜ਼ਿੰਮੇਵਾਰ ਅਫਸਰ ਜਿੰਨੇ ਸਿਰਫ 1 ਲੱਖ ਰੁਪਏ ਪਿੱਛੇ ਬੰਦਾ ਮਾਰਿਆ ਹੋਵੇ ਹੂੰ ਉਹਨੂੰ ਸਰਕਾਰਾਂ ਮਾਫੀ ਦੇਣ ਜਾ ਰਹੀਆਂ ਨੇ ਬੜੀ ਹੈਰਾਨੀ ਦੀ ਗੱਲ ਹੈ ਕਿ ਉਤੋਂ ਲਲਕਾਰੇ ਮਾਰ ਰਿਹਾ ਉਸ ਉਤੋਂ ਲਲਕਾਰੇ ਮਾਰ ਰਿਹਾ ਪਹਿਲੀ ਗੱਲ ਤੇ ਜੁम्मेवार ਅਫਸਰ ਨੇ 1 ਲੱਖ ਰੁਪਏ ਪਿੱਛੇ ਬੰਦਾ ਕਿਡਨੈਪ ਕੀਤਾ ਹੋਵੇ ਇਹ 1 ਲੱਖ ਰੁਪਏ ਦੀ ਘਟਨਾ ਕੀ ਹੈ ਜੀ ਦੱਸੋ ਜਰਾ ਇਹਨੇ 1993 ਦੇ ਵਿੱਚ ਮੇਰਾ ਬ੍ਰਦਰ ਕਿਡਨੈਪ ਕੀਤਾ ਸੀ ਉਹ ਫੁੱਟਬਾਲ ਖੇਡਦੇ ਸੀਗੇ ਫੁੱਟਬਾਲਰ ਸੀ ਫੁੱਟਬਾਲ ਖੇਡਦੇ ਹੁੰਦੇ ਸੀ ਫੁੱਟਬਾਲਰ ਸੀ ਇੱਥੇ ਤੱਕ ਵੀ ਕਲਕੱਤੇ ਜੋ ਵੀ ਈਸਟ ਬੰਗਾਲੀ ਜਾਂ ਮੌਨ ਬਗਾਲ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਖਿਡਾਰੀ ਰੱਖੇ ਜਾਂਦੇ ਸੀ ਉਹ ਮੇਰੇ ਭਰਾ ਤੋਂ ਪੁੱਛ ਕੇ ਰੱਖੇ ਜਾਂਦੇ ਸੀ ਇਸ ਪੱਧਰ ਦੇ ਉਹ ਫੁੱਟਬਾਲਰ ਸੀ ਇਸ ਪੱਧਰ ਦੇ ਉਹ ਫੁੱਟਬਾਲਰ ਸੀ ਬਹੁਤ ਵਧੀਆ ਉਹਨਾਂ ਦੀ ਉੱਥੇ ਸਰਕਾਰਾਂ ਚ ਜਾਂ ਕੇ ਕਿਸ ਧਾਰੀ ਸੀਗੇ ਕਿਸਾ ਧਾਰੀ ਸੀ ਅਮਰਤ ਧਾਰੀ ਸੀ ਜੀ ਅਮਰਤ ਧਾਰੀ ਸੀਗੇ ਹਾਂਜੀ ਜੀ ਕੁਲਜੀਤ ਸਿੰਘ ਸਾਡੇ ਅੱਜਕੱਲ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਆਫੀਸਰ ਨੇ ਉਹ ਵੀ ਈਸਟ ਬੰਗਾਲ ਦੇ ਵਿੱਚ ਖੇਡ ਕੇ ਆਏ ਜੈਪਾਲ ਸਿੰਘ ਬੌਕਸਰ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਵੀ ਉੱਥੇ ਖੇਡ ਕੇ ਆਏ ਉਹ ਵੀ ਉਹਨਾਂ ਕੋਲ ਰਹਿੰਦੇ ਹੁੰਦੇ ਸੀ ਦਰਬਾਰਾ ਸਿੰਘ ਅੱਜਕਲ ਐਸਪੀ ਬੀਐਸਐਫ ਨੇ ਉਹ ਉਹ ਵੀ ਉਹਨਾਂ ਦੇ ਕਾਰਨ ਨਹੀਂ ਇਸ ਬੰਗਾਲ ਦੇ ਵਿੱਚ ਗਏ ਉਹ ਇਸ ਪੱਧਰ ਦੇ ਖਿਡਾਰੀ ਸੀ ਤਾਂ ਪੁਲਿਸ ਨੇ ਚੁੱਕਿਆ ਕਿਉਂ ਉਹਨਾਂ ਨੂੰ ਫਿਰ ਉਹਨਾਂ ਦਿਨਾਂ ਦੇ ਵਿੱਚ ਪੁਲਿਸ ਨੇ ਸਿਰਫ ਆਪਣੀਆਂ ਜੇਬਾਂ ਗਰਮ ਕਰਨ ਵਾਸਤੇ ਕਿਉਂਕਿ 1993 ਦੇ ਵਿੱਚ ਕੋਈ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਘਟਨਾ ਨਹੀਂ ਵਾਪਰੀ ਅਸੀਂ ਰਿਕਾਰਡ ਵੇਖ ਸਕਦੇ ਹਾਂ ਕੋਈ ਵੀ ਅਤਵਾਦ ਦਾ ਉੱਥੇ ਨਾਂ ਨਿਸ਼ਾਨੀ ਨਹੀਂ ਸੀ ਪੁਲਿਸ ਨੇ ਸਿਰਫ ਔਰ ਸਿਰਫ ਆਪਣੇ ਪੈਸੇ ਬਣਾਉਣ ਵਾਸਤੇ ਚੰਗੇ ਘਰਾਂ ਦੇ ਬੱਚੇ ਚੁੱਕੇ ਉਹਨਾਂ ਤੋਂ ਪੈਸੇ ਲਏ ਤੇ ਛੱਡਦੇ ਔਰ ਇਸੇ ਚੱਕਰ ਦੇ ਵਿੱਚ ਵਿਰਕ ਨੇ ਵੀ ਸਾਡੇ ਤੋਂ ਜਦੋਂ ਸਾਡਾ ਬ੍ਰਦਰ ਕਿਡਨੈਪ ਕੀਤਾ 1 ਲੱਖ ਰੁਪਏ ਦੀ ਮੰਗ ਰੱਖੀ ਸੀ ਅਸੀਂ ਪੂਰੀ ਨਹੀਂ ਕਰ ਸਕੀ ਜਾਂ ਕਹਿੰ ਲੋ 90000 ਜੋ ਕਿ ਸੀਬੀਆਈ ਉਪਰੂਵ ਕਰ ਚੁੱਕੀ ਹੈ ਅਸੀਂ ਉਹਦੇ ਕੋਲ ਲੈ ਕੇ ਵੀ ਗਏ ਸੀਬੀਆਈ ਦੇ ਕਾਗਜ਼ਾਂ 'ਚ ਆ ਚੁੱਕੀ ਹੈ ਕਿ 90000 ਤੁਸੀਂ ਲੈ ਕੇ ਗਏ ਸੀ ਰਿਸ਼ਵਤ ਹਾਂਜੀ ਦੇਣ ਵਾਸਤੇ ਦੇਣ ਵਾਸਤੇ ਕਿਉਂਕਿ ਬਹੁਤ ਅਸੀਂ ਭਜਨਾਟ ਕੀਤੀ ਸਾਡੇ ਕੋਈ ਹੱਥ ਨਹੀਂ ਆਇਆ ਅਖੀਰ ਜਦੋਂ ਕਹਿੰਦੇ ਪੈਸੇ ਨਾਲ ਹੀ ਗੱਲ ਮੁੱਕਣੀ ਹੈ ਅਸੀਂ ਪੈਸੇ ਦਾ ਵੀ ਇੰਤਜ਼ਾਮ ਕੀਤਾ ਪਰ ਇਹਨੇ ਗੱਲ ਕਰਕੇ ਕਹਿੰਦਾ ਲੱਖ ਪੂਰਾ ਹੈਗਾ ਤੇ ਮੁੰਡਾ ਲੈ ਜਾ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਜਦੋਂ ਫੇਰ ਗਏ ਕਹਿੰਦਾ ਮੈਂ ਤੇ ਮੁੰਡਾ ਹੀ ਨਹੀਂ ਲੈ ਕੇ ਆਇਆ ਤੁਸੀਂ ਮੇਰੇ ਕੋਲ ਕੀ ਲਾਉਂਦੇ ਫਿਰਨੇ ਮੁੱਕਰੀ ਗਏ ਮੁੱਕਰੀ ਗਏ ਫਿਰ ਕੁਝ ਸਮਾਂ ਉਹਨਾਂ ਦੀਆਂ ਮਿੰਤਾਂ ਕਰਨ ਤੋਂ ਬਾਅਦ ਅਸੀਂ ਹਾਈ ਕੋਰਟ ਦੇ ਵਿੱਚ ਗਏ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਸਾਡੇ ਸਾਰੇ ਕੇਸ ਦੀ ਸੁਣਵਾਈ ਕੀਤੀ ਇਨਕੁਆਰੀ ਕੀਤੀ ਔਰ ਉਹਨਾਂ ਨੇ ਇਹ ਸਾਰੇ ਦੀ ਸਾਰੀ ਇਨਕੁਆਰੀ ਹਰਿਆਣਾ ਵਿਜੀਲੈਂਸ ਦੇ ਜੱਜ ਸਾਹਿਬ ਹੁੰਦੇ ਸੀ ਜਸਟਿਸ ਕਥੂਰੀਆ ਉਹਨਾਂ ਨੂੰ ਹੈਂਡਓਵਰ ਕਰਤੀ ਕਿ ਇਹਦੀ ਦੁਬਾਰਾ ਜਾਂਚ ਕੀਤੀ ਜਾਵੇ। ਕਥੂਰੀਆ ਸਾਹਿਬ ਦੀ ਜਦੋਂ ਰਿਪੋਰਟ ਆਈ ਤੇ ਉਹਨਾਂ ਨੇ ਇੱਕੋ ਹੀ ਗੱਲ ਲਿਖੀ ਸੀ ਵੀ ਮੁੰਡਾ ਹੈਗਾ ਤੇ ਇਹਦੇ ਕੋਲ ਮਾਰਿਆ ਤੇ ਇੰਨੇ। ਜੀ ਕਥੂਰੀਆ ਸਾਹਿਬ ਨੇ ਆਪਣੀ ਸਾਰੀ ਰਿਪੋਰਟ ਦੁਬਾਰਾ ਹਾਈ ਕੋਰਟ ਨੂੰ ਸੌਂਪਤੀ। ਮਾਨਯੋਗ ਹਾਈ ਕੋਰਟ ਨੇ ਫਿਰ ਵੀ ਤੀਸਰੀ ਇਨਕੁਆਰੀ ਸੀਬੀਆਈ ਦਿੱਲੀ ਤੋਂ ਕਰਵਾਈ। ਪੰਜਾਬ ਦੀ ਸੀਬੀਆਈ ਤੋਂ ਨਹੀਂ ਦਿੱਲੀ ਤੋਂ ਕਰਵਾਈ। ਔਰ सीबीआई ਨੇ ਇਹਨਾਂ ਨੂੰ ਦੋਸ਼ੀ ਪਾਇਆ ਇੱਥੇ ਤੱਕ ਜਿਹੜੀਆਂ ਇਹਨਾਂ ਨੇ ਗੱਡੀਆਂ ਵਰਤੀਆਂ ਸੀ ਜਾਂ ਜੋ ਵੀ ਉਸ ਸਮੇਂ ਦੇ ਵਿੱਚ ਕਿੱਥੇ ਕਦੋਂ ਕਿਸ ਟਾਈਮ ਕਿੱਥੇ ਗਏ ਕਿੱਥੇ ਨਹੀਂ ਗਏ ਬੰਗਾਲ ਦੇ ਵਿੱਚੋਂ ਜਾ ਕੇ ਇਹਨਾਂ ਨੇ ਸ਼ਾਰਟਲੈਕ ਸਟੇਡੀਅਮ ਦੇ ਵਿੱਚੋਂ ਇਹਨਾਂ ਦੇ ਸਬੂਤ ਕੱਟੇ ਕੀਤੇ ਜਿੱਥੇ ਜਾ ਕੇ ਰਹੇ ਜਾਂ ਉੱਥੇ ਇੰਸਟੀਚਿਊਟ ਹੈ ਹੋਮੋਪੈਥਿਕ ਇੰਸਟੀਚਿਊਟ ਜਿੱਥੇ ਇਹਨਾਂ ਨੇ ਕਮਰੇ ਲਏ ਉਹ ਸਾਰੀਆਂ ਚੀਜ਼ਾਂ ਟ੍ਰੇਸ ਕਰਕੇ ਇਹ ਕੇਸ ਦੁਬਾਰਾ ਲਿਆ ਕੇ सीबीआई ਕੋਰਟ ਪਟਿਆਲੇ ਨੂੰ ਦਿੱਤਾ ਜਿੱਥੇ ਮਾਨਯੋਗ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਕਰਾਰ ਦੇ ਕੇ 10-10 ਸਾਲ ਦੀ ਸਜ਼ਾ ਦਿੱਤੀ। ਕਿੰਨੇ ਜਣਿਆਂ ਨੂੰ ਸਜ਼ਾ ਹੋਈ ਟੋਟਲ ਜੀ? ਇਹ 7 ਬੰਦਿਆਂ ਨੂੰ ਸਜ਼ਾ ਹੋਈ ਸੀ ਜੀ। ਜਿਹਦੇ ਚ ਸਭ ਤੋਂ ਉੱਪਰ ਅਫਸਰ ਸੀਗਾ ਉਹ ਵਿਰਕ ਸੀ। ਪਿੰਪਲ ਸਿੰਘ ਵਿਰਕ ਸੀ ਉਸ ਤੋਂ ਬਾਅਦ ਐਸਪੀ ਨੇ ਰਜਿੰਦਰ ਸਿੰਘ ਸੋਲ। ਉਸ ਤੋਂ ਬਾਅਦ ਡੀਐਸਪੀ ਨੇ ਕਮਰੇਟ ਸ਼ਮਸ਼ੇਰ ਸਿੰਘ। ਫਿਰ ਬਾਕੀ ਦੂਸਰੇ ਮਲਾਜ਼ਮ ਸੀਗੇ, ਛੋਟੇ ਮਲਾਜ਼ਮ ਸੀਗੇ, ਗੰਡਾ ਸਿੰਘ ਹੋ ਗਿਆ। ਜਾਂ ਪਿੱਛੇ ਜੇ ਇਹਨਾਂ ਦੇ ਇੰਸਪੈਕਟਰ ਹੁੰਦੇ ਸੀ ਜਿਹੜੇ ਇਸ ਕੇਸ ਦੇ ਵਿੱਚ ਉਹਨਾਂ ਦੀ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ। ਵੇਖੋ ਸਾਰੇ ਕੰਮ ਦੇ ਵਿੱਚ ਹੈਰਾਨੀ ਦੀ ਗੱਲ ਸਜ਼ਾ ਯਾਪਤਾ ਮੁਜਰਮ ਤਰੱਕੀਆਂ ਵੀ ਲੈ ਰਹੇ ਨੇ ਔਰ ਉਹ ਨੌਕਰੀ ਵੀ ਕਰ ਰਹੇ ਨੇ ਸਾਰੇ ਦੇ ਸਾਰੇ ਬੰਦੇ ਨੌਕਰੀ ਕਰ ਰਹੇ ਨੇ ਔਰ ਤਰੱਕੀਆਂ ਲੈ ਰਹੇ ਨੇ ਐਸਐਸਪੀ ਬਣ ਕੇ ਰਿਟਾਇਰ ਹੋਇਆ ਵਰਕ ਪ੍ਰਿਥਪਾਲ ਸਿੰਘ ਵੀਰ ਕੇ ਐਸਐਸਪੀ ਬਣ ਕੇ ਰਿਟਾਇਰ ਹੋਇਆ ਰਜਿੰਦਰ ਸਿੰਘ ਸੋਹਲ ਜਿਹਨੂੰ ਸਜ਼ਾ ਹੋਈ ਸੀਗੀ ਉਹ ਉਸ ਟਾਈਮ ਇੰਸਪੈਕਟਰ ਸੀ ਆ ਜੋ ਐਸਪੀ ਨੇ ਕਮਰੇਡ ਸ਼ਮਸ਼ੀਰ ਸਿੰਘ ਡੀਐਸਪੀ ਬਣ ਕੇ ਰਿਟਾਇਰ ਹੋਏ ਨੇ ਇਦਾਂ ਹੀ ਇਹਨਾਂ ਨੂੰ ਸਾਰਿਆਂ ਨੂੰ ਪ੍ਰੋਮੋਸ਼ਨਾਂ ਮਿਲੀਆਂ ਔਰ ਇਹ ਡਿਊਟੀ ਕਰ ਰਹੇ ਨੇ ਹੂੰ ਹੁਣ ਜਦੋਂ 23 ਤਰੀਕ ਨੂੰ ਤੁਹਾਨੂੰ ਜਾਣਕਾਰੀ ਚ ਆਪ ਹੀ ਤੁਹਾਨੂੰ ਜਿਹੜਾ ਹੈਗਾ ਫੋਨ ਕਰਕੇ ਧਮਕੀ ਦਿੱਤੀ ਗਈ ਕਿ ਮੈਂ ਤਾਂ ਬਾਹਰ ਆ ਗਿਆ ਭਾਵੇਂ ਉਹ ਵਿਰਖਸੀ ਜਾਂ ਕੋਈ ਸੀ ਰੱਬ ਜਾਣੇ ਖੈਰ ਜੋ ਵੀ ਧਮਕੀ ਦੇਣ ਵਾਲਾ ਸੀ ਪਰ ਤੁਹਾਡਾ ਅਨੁਮਾਨ ਹੈ ਕਿ ਉਹ ਪ੍ਰਿਤਪਾਲ ਸਿੰਘ ਵਿਰਖ ਸੀਗਾ ਜਿਹੜਾ ਉਧਰੋਂ ਬੋਲਦੇ ਅਸੀਂ ਬੰਦਾ ਸਾਨੂੰ ਇਸ ਬਾਰੇ ਕੋਈ ਇਲਮ ਨਹੀਂ ਕੋਈ ਜਾਣਕਾਰੀ ਨਹੀਂ ਕਿ ਪੰਜਾਬ ਸਰਕਾਰ ਕਿਹਨੂੰ ਮਾਫੀ ਦੇ ਰਹੀ ਹੈ ਕਿਹੜੇ-ਕਿਹੜੇ ਉਸ ਮਾਫੀ ਦੇ ਤਹਿਤ ਆ ਰਹੇ ਨੇ ਕਿਉਂਕਿ ਉਸ ਪਾਸੇ ਨੂੰ ਸੋਚਣਾ ਹੀ ਛੱਡਤਾ ਸੀ ਉਸ ਪਾਸੇ ਨੂੰ ਜਾਣਾ ਹੀ ਛੱਡਤਾ ਕਿ ਕੀ ਹੋ ਰਿਹਾ ਕਿ ਨੇ ਸਾਡੀ ਸਰਟੀਫਿਕੇਸ਼ਨ ਸੀ ਵੀ ਚਲੋ ਜੇ ਸਾਡਾ ਬੰਦਾ ਨਹੀਂ ਮਿਲਿਆ ਤੇ ਕਾਨੂੰਨ ਨੇ ਇਹਨਾਂ ਨੂੰ ਸਜ਼ਾ ਤੇ ਦਿੱਤੀ ਪਰ ਹੈਰਾਨ ਹੋਏ ਜਦੋਂ ਆਪਣੇ ਆਪ ਹੀ ਬਿਨ ਰਿਹਾਈ ਤੋਂ ਹਲੇ ਉਹਨਾਂ ਦੀ ਰਿਹਾਈ ਦੀ ਗੱਲ ਹੀ ਚੱਲੀ ਔਰ ਉਹਨਾਂ ਨੇ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਬੜੀ ਹੈਰਾਨੀ ਹੋਈ ਪਹਿਲੀ ਗੱਲ ਤੇ ਪੰਜਾਬ ਸਰਕਾਰ ਤੇ ਹੈਰਾਨੀ ਹੋਈ ਕਿ ਜਿਸ ਕੈਪਟਨ ਸਰਕਾਰ ਨੇ ਕਦੀ ਇਹਨਾਂ ਦੇ ਅਫਸਰਾਂ ਦੀ ਨਿਯੁਕਤੀ इवन ਕਿ ਡੀਜੀਪੀ ਦੀ ਨਿਯੁਕਤੀ ਤੇ ਵੀ ਚੈਲੰਜ ਕੀਤਾ ਸੀ ਕਿ ਇਹ ਬੰਦੇ ਇਹਨੇ ਬੰਦੇ ਮਾਰੇ ਨੇ ਤੁਸੀਂ ਇਹਨੂੰ ਡੀਜੀਪੀ ਬਣਾਉਣੇ ਪਏ ਸਮੀਤ ਸਿੰਘ ਸੈਣੀ ਨੂੰ ਸਮੀਤ ਸਿੰਘ ਸੈਣੀ ਨੂੰ ਬਿਲਕੁਲ ਔਰ ਖੁਦ ਪੰਜਾਬ ਸਰਕਾਰ ਉਹ ਹੀ ਕੈਪਟਨ ਸਰਕਾਰ ਐਸੇ ਦਾਗੀ ਬੰਦਿਆਂ ਦੀ ਸ਼ਿਫਾਰਿਸ਼ ਕਰ ਰਹੀ ਹੈ ਜਿਨ੍ਹਾਂ ਨੇ ਇੱਕ ਇੱਕ ਲੱਖ ਰੁਪਏ ਪਿੱਛੇ ਨੌਜਵਾਨ ਮੁੰਡੇ ਮਾਰੇ ਕੋਈ ਕੇਸ ਨਹੀਂ ਉਹਦੇ ਉੱਤੇ ਕੋਈ ਉਹਦੀ ਹਿਸਟਰੀ ਐਸੀ ਨਹੀਂ ਕਿ ਉਹਨੇ ਕਦੀ ਕੋਈ ਮਾੜਾ ਕੰਮ ਕੀਤਾ ਹੋਵੇ ਜਾਂ ਕਿਸੇ ਗਲਤ ਅੰਸਰ ਦੇ ਨਾਲ ਉਹ ਰਲ ਕੇ ਵੀ ਬੈਠਿਆ ਹੋਵੇ ਔਰ ਇਦਾਂ ਦੇ ਬੰਦੇ ਸਿਰਫ ਪੈਸੇ ਵਾਸਤੇ ਮਾਰਨ ਵਾਲੇ ਬੰਦਿਆਂ ਨੂੰ ਅਸੀਂ ਮਾਫੀ ਦੇਗੇ ਕੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਸਿਖਾਇਆ ਸੀ ਬਾਬਰ ਨੂੰ ਜ਼ਬਰ ਇਸ ਲਈ ਕਿਹਾ ਸੀ ਕਿ ਅਸੀਂ ਇਨ੍ਹਾਂ ਜ਼ਬਰਾਂ ਨੂੰ ਮਾਫੀ ਦੇਈਏ ਔਰ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਅਸੀਂ ਉਹਨਾਂ ਜ਼ਬਰਾਂ ਨੂੰ ਮਾਫੀ ਦੇ ਰਹੇ ਹਾਂ ਜਿਨ੍ਹਾਂ ਨੇ ਸਿਰਫ ਔਰ ਸਿਰਫ ਪੈਸੇ ਦੇ ਲਈ ਕਾਨੂੰਨ ਦਾ ਦੁਰਉਪਯੋਗ ਕੀਤਾ ਔਰ ਪੈਸਿਆਂ ਵਾਸਤੇ ਬੰਦੇ ਮਾਰਨੇ ਸ਼ੁਰੂ ਕਰਤੇ ਬਿਲਕੁਲ ਬੜੀ ਮੰਦਪਾਕੀ ਗੱਲ ਆ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਬਜਾਏ ਕਿ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਹੁੰਦੀ ਜਿਹੜੇ ਕਿੰਨੇ-ਕਿੰਨੇ ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਨੇ ਜਿਹੜਾ ਬਾਰੇ ਸੀਬੀਆਈ ਨੇ ਜਾਂਚ ਕਰਕੇ ਸਾਬਤ ਕੀਤਾ ਹੋਇਆ ਕਿ ਇਹ ਪੁਲਿਸ ਵਾਲਿਆਂ ਨੇ ਝੂਠੇ ਮੁਕਾਬਲੇ ਬਣਾਏ ਨੇ ਇਹਨਾਂ ਨੇ ਸਿੱਖ ਨੌਜਵਾਨ ਖੁਰਦਬੁਰਦ ਕੀਤੇ ਨੇ ਉਹਨਾਂ ਨੂੰ ਸਜ਼ਾ ਵੀ ਮਿਲੀ ਹੋਈ ਹੈ ਤਾਂ ਸਾਬਤ ਹੋਇਆ ਹੋਇਆ ਕਿ ਉਦੋਸ਼ੀ ਨੇ ਉਹਨਾਂ ਨੂੰ 550 ਪ੍ਰਕਾਸ਼ਪੁਰਬ ਦੇ ਉੱਤੇ ਪੰਜਾਬ ਦੀ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਉਹਨਾਂ ਨੂੰ ਮੁਆਫੀਆਂ ਦਿਵਾਰੀ ਹੈ ਤੇ ਉਹ ਉੱਤੋਂ ਹੁਣ ਲਲਕਾਰੇ ਮਾਰ ਰਹੇ ਨੇ ਜਿਨ੍ਹਾਂ ਦੇ ਬੰਦੇ ਉਹਨਾਂ ਨੇ ਗਾਇਬ ਕੀਤੇ ਨੇ ਖੁਰਦਬੁਰਦ ਕੀਤੇ ਨੇ ਹੁਣ ਤੁਹਾਡਾ ਸਟੇਟਸ ਕੀ ਆ ਤੁਸੀਂ ਅਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਮਨਯੋਗ ਹਾਈ ਕੋਰਟ ਨੂੰ ਬੇਨਤੀ ਕੀਤੀ ਕਿ ਸਾਡੇ ਨਾਲ ਇਹ ਕੁਛ ਹੋਇਆ ਔਰ ਜਦ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਇਸ ਬੰਦੇ ਦਾ ਨਾਮ ਲਿਸਟ ਵਿੱਚ ਹੈਗਾ ਉਹਦੇ ਆਪ ਦੱਸਣ ਤੇ ਅਸੀਂ ਹਾਈ ਕੋਰਟ ਗਏ ਔਰ ਜਦੋਂ ਹਾਈ ਕੋਰਟ ਨੇ ਸਾਰਾ ਰਿਕਾਰਡ ਤਲਬ ਕੀਤਾ ਔਰ ਉਸ ਬੰਦੇ ਦਾ ਨਾਮ ਪਹਿਲੇ ਨਾ ਉੱਤੇ ਸੀਗਾ ਸਾਬਤ ਹੋ ਗਿਆ ਸਾਬਤ ਹੋਇਆ ਔਰ ਅਗਲੀ ਕਾਰਵਾਈ ਅੱਜਕੱਲ ਹਾਈ ਕੋਰਟ ਦੇ ਵਿੱਚ ਚੱਲ ਰਹੀ ਹੈ ਜੋ ਮਨਯੋਗ ਅਦਾਲਤ ਕਰੇਗੀ ਉਹ ਸਾਨੂੰ ਮਨਜ਼ੂਰ ਹੋਏਗੀ ਜੀ ਇਹ ਆਪਾਂ ਗੱਲਬਾਤ ਕੀਤੀ ਆ ਸੱਜ ਗਰੂਪ ਸਿੰਘ ਨਾਲ ਜਿਨ੍ਹਾਂ ਦੇ ਭਰਾ ਤਜਿੰਦਰ ਸਿੰਘ ਨੂੰ 1993 ਦੇ ਵਿੱਚ ਪੁਲਿਸ ਚੁੱਕ ਕੇ ਲੈ ਗਈ ਸੀ ਜੋ ਕਿ ਹੁਣ ਤੱਕ ਨਹੀਂ ਆਏ ਤੇ ਇਸ ਮਾਮਲੇ ਦੇ ਵਿੱਚ ਤਿੰਨ ਜਾਂਚਾਂ ਹੋਈਆਂ ਪੰਜਾਬ ਪੁਲਿਸ ਦੀ ਜਾਂਚ ਹੋਈ ਹੈ ਹਰਿਆਣਾ ਵਿਜੀਲੈਂਸ ਦੀ ਜਾਂਚ ਹੋਈ ਹੈ ਸੀਬੀਆਈ ਦਿੱਲੀ ਦੀ ਕੇਂਦਰੀ ਟੀਮ ਵੱਲੋਂ ਜਾਂਚ ਕੀਤੀ ਗਈ ਹੈ ਜਿਸ 'ਚ ਸੱਤ ਬੰਦੇ ਜਿਹੜੇ ਨੇ ਸੀਬੀਆਈ ਕੋਰਟ ਨੇ ਸਜ਼ਾ ਸੀਬੀਆਈ ਕੋਰਟ ਪਟਿਆਲਾ ਨੇ ਸਜ਼ਾ ਦਿੱਤੀ ਹੈ ਤੇ ਜਿਨ੍ਹਾਂ ਨੂੰ ਹੁਣ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੈਰ ਚਲੋ ਇਹ ਇੱਕ ਸੰਵਿਧਾਨਕ ਪ੍ਰਕਿਰਿਆ ਹੈਗੀ ਹੈ ਕਿ ਕਿਸੇ ਕੈਦੀ ਨੂੰ ਇੱਕ ਖਾਸ ਵਿਵਸਥਾ ਦੇ ਤਹਿਤ ਸਜ਼ਾ ਮੁਆਫੀ ਦਿੱਤੀ ਜਾ ਸਕਦੀ ਹੈ। ਵੈਸੇ ਤਾਂ ਇਹ ਵੀ ਗੱਲ ਨਿੰਦਣਯੋਗ ਹੈ ਕਿ ਸਜ਼ਾ ਮੁਆਫੀਆ ਕਿਉਂ? ਜੇ ਜੇਕਰ ਸਜ਼ਾ ਮੁਆਫੀ ਵੀ ਮਿਲ ਰਹੀ ਹੈ ਤੇ ਉੱਤੋਂ ਉਹ ਉਹਨਾਂ ਪਰਿਵਾਰਾਂ ਲਈ ਮੁੜ ਕੇ ਖਤਰਾ ਸਾਬਤ ਹੋਣ ਜਾ ਰਹੇ ਨੇ ਉਹ ਲੋਕ ਜਿਹੜੇ ਬਾਹਰ ਆ ਜਣੇ। ਇੱਕ ਹੋਰ ਬੇਨਤੀ ਕਰਾਂ ਕਿ ਕੈਦੀ ਇਹ ਤੇ ਵੇਖਿਆ ਜਾਏਗਾ ਸਰਕਾਰਾਂ ਵੱਲੋਂ ਕੈਦੀ ਕਿਸ ਤਰੀਕੇ ਦਾ ਸੀ? ਉਹ ਦੇਸ਼ ਵਾਸਤੇ ਲੜਿਆ ਜਾਂ ਉਹਦੇ ਉੱਤੇ ਕੋਈ ਗਲਤ ਇਲਜ਼ਾਮ ਲੱਗਿਆ ਜਾਂ ਉਹਦੀ ਸਜ਼ਾ ਮਾਫ ਕਰਨ ਯੋਗ ਹੈ ਜਾਂ ਨਹੀਂ। ਇੱਥੇ ਤੇ ਸ਼ਰਿਆਮੀ ਤੱਕਾ ਕੀਤਾ ਜਾ ਰਿਹਾ ਬੰਦੇ ਨੇ 1 ਲੱਖ ਰੁਪਏ ਪਿੱਛੇ ਬੰਦੇ ਨੂੰ ਮਾਰਿਆ ਮਾਰਿਆ ਇਹਨਾਂ ਨੂੰ ਗਾਇਬ ਕੀਤਾ ਕਿਉਂਕਿ ਉਹ ਸਾਡੇ ਕੋਲ ਦੁਬਾਰਾ ਕਦੀ ਵਾਪਸ ਨਹੀਂ ਆਇਆ ਉਹਦਾ ਆਏ ਨਹੀਂ ਬੰਦਾ 20 25 ਸਾਲ ਹੋ ਗਏ ਤਾਂ ਉਹਨੂੰ ਕਿੱਥੇ ਗਿਣਿਆ ਉਹ ਸਿਰਫ ਪੈਸੇ ਵਾਸਤੇ ਕ੍ਰਾਈਮ ਕਰਨ ਵਾਸਤੇ ਐਡਾ ਵੱਡਾ ਅਫਸਰ ਐਡਾ ਵੱਡਾ ਅਧਿਕਾਰੀ ਸਿਰਫ ਪੈਸੇ ਵਾਸਤੇ ਕ੍ਰਾਈਮ ਕਰ ਰਿਹਾ ਆਮ ਬੰਦਾ ਇੱਕ ਕ੍ਰਾਈਮ ਕਰਦਾ ਪਤਾ ਲੱਗਦਾ ਵੀ ਇਹਨੇ ਫਰੋਤੀ ਵਾਸਤੇ ਬੰਦਾ ਮਾਰਤਾ ਇਹਨੇ ਇਹ ਕੀਤਾ ਜਾਂ ਐਦਾ ਕੁਝ ਵੀ ਉਹਦੀ ਕੋਈ ਦੁਸ਼ਮਣੀ ਸੀ ਉਹ ਐਸੇ ਬੰਦੇ ਜਿਹੜੇ 1 ਲੱਖ ਰੁਪਏ ਪਿੱਛੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਦੇ ਨੇ ਅਸੀਂ ਉਹਨਾਂ ਬੰਦਿਆਂ ਨੂੰ ਮਾਫੀ ਦੇਣ ਜਾ ਰਹੇ ਹਾਂ ਇਹ ਇਤੋਂ ਵੱਡੀ ਮੰਦਭਾਗੀ ਹੋਰ ਕੋਈ ਵੀ ਖਬਰ ਨਹੀਂ ਹੋ ਸਕਦੀ ਜੀ ਫਿਲਹਾਲ ਹਾਈ ਕੋਰਟ ਗਏ ਹੋਏ ਨੇ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਮੰਗ ਰੱਖੀ ਹੈ ਜਿਹੜੇ ਇਹਨਾਂ ਦੇ ਆਪਣੇ ਵਕੀਲ ਦੇ ਵੱਲੋਂ ਕਿ ਇੱਕ ਤਾਂ ਸਜ਼ਾ ਮੁਆਫੀ ਤੋਂ ਪਹਿਲਾਂ ਜਿਹੜੇ ਪਰਿਵਾਰਾਂ ਦਾ ਜੀ ਇਹਨਾਂ ਨੇ ਗਾਇਬ ਕੀਤਾ ਹੈ ਜਾਂ ਖਤਮ ਕੀਤਾ ਹੈ ਉਹਨਾਂ ਨੂੰ ਸੁਣ ਉਹਨਾਂ ਦੀ ਗੱਲ ਸੁਣਨ ਦਾ ਮੌਕਾ ਦਿੱਤਾ ਜਾਏ ਤੇ ਦੂਜਾ ਕੰਪਨਸੇਸ਼ਨ ਦਿੱਤੀ ਜਾਏ ਉਹਨਾਂ ਪਰਿਵਾਰਾਂ ਨੂੰ ਇਹ ਦੋ ਮੁੱਖ ਮੰਗਾਂ ਰੱਖੀਆਂ ਨੇ ਹਾਈ ਕੋਰਟ ਦੇ ਵਿੱਚ ਇੱਕ ਕੇਸ ਹੈ ਤੇ ਹਾਈ ਕੋਰਟ ਦੇ ਵਿੱਚ ਹਲੇ ਕੱਲ ਹੀ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਇਹ ਹਲਫਨਾਮਾ ਦਿੱਤਾ ਜਿਸ ਚ ਉਹਨਾਂ ਨੇ ਕਿਹਾ ਕਿ ਹਾਂ 23 23 ਅਕਤੂਬਰ ਨੂੰ ਜਿਹੜਾ ਹੈਗਾ ਪ੍ਰਿਤਪਾਲ ਸਿੰਘ ਵਿਰਕ ਦੀ ਸਜ਼ਾ ਮਾਫੀ ਦੀ ਚਿੱਠੀ ਜ਼ਿਲ੍ਹਾ ਵਿਭਾਗ ਨੂੰ ਮਿਲ ਚੁੱਕੀ ਹੈ ਤੇ 23 ਤਰੀਕ ਨੂੰ ਹੀ ਉਹ ਜਗਰੂਪ ਸਿੰਘ ਉਹਨਾਂ ਨੂੰ ਧਮਕੀ ਵਾਲਾ ਜੋ ਵੀ ਫੋਨ ਜਿਹਦੇ ਵੱਲੋਂ ਵੀ ਆਉਂਦਾ ਹੈ ਔਰ 23 ਤਰੀਕ ਦੀ ਹੀ ਉਹ ਘਟਨਾ ਹੈ ਤੇ ਜਿਸ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਦਾ ਹੈ ਤੇ ਉਸ ਤੋਂ ਬਾਅਦ ਹਾਈ ਕੋਰਟ ਗਏ ਹੋਏ ਨੇ ਮਾਮਲਾ ਅੱਜ ਕੱਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਵਿਚਾਰ ਅਧੀਨ ਹੈ ਪਰ ਮੇਰੇ ਖਿਆਲ ਚ ਹ ਰਤਪਾਲ ਸਿੰਘ ਵਰਕ ਦੀ ਸਜ਼ਾ ਮੁਆਫੀ ਵਾਲੀ ਜਿਹੜੀ ਪ੍ਰਕਿਰਿਆ ਉਸ ਨਾਲ ਮੈਨੂੰ ਕੋਈ ਫਰਕ ਨਹੀਂ ਲੱਗ ਸਬੰਧ ਨਹੀਂ ਲੱਗ ਰਿਹਾ ਹੈਗਾ ਜਿੱਥੋਂ ਤੱਕ ਮੈਂ ਸਮਝ ਸਕਦਾ ਜੇਕਰ ਇਹਨੂੰ ਸਜ਼ਾ ਮੁਆਫੀ ਦੇਣੀ ਹੋਈ ਤਾਂ ਸਜ਼ਾ ਮੁਆਫੀ ਮਿਲ ਜਾਏਗੀ ਕਿਉਂਕਿ ਤਿੰਨ ਪੁਲਿਸ ਚਾਰ ਪੁਲਿਸ ਵਾਲਿਆਂ ਨੂੰ ਪਹਿਲਾਂ ਵੀ ਪਟਿਆਲਾ ਜੇਲ੍ਹ ਚੋਂ ਕੱਢ ਚੁੱਕੇ ਨੇ ਹਰਜੀਤ ਸਿੰਘ ਹੱਤਿਆ ਕੇਸ ਸੀਗਾ ਉਹ ਵੀ 1993 ਦਾ ਹੀ ਕੇਸ ਸੀ ਸਿੱਖ ਨੌਜਵਾਨ ਇਹਨਾਂ ਨੇ ਮਾਰਿਆ ਸੀ ਖੈਰ ਦੇਖਦੇ ਹਾਂ ਕਿ ਹਾਈ ਕੋਰਟ ਇਸ ਮਾਮਲੇ 'ਚ ਕੀ ਰੁਖ ਅਖਤਿਆਰ ਕਰਦਾ ਤੇ ਅੱਗੇ ਕੀ ਹੁੰਦਾ ਤੇ ਅਸੀਂ ਇਹ ਵੀ ਜਾਨਣਾ ਚਾਹਾਂਗੇ ਕਿ ਸੁਨਾਮ ਪੁਲਿਸ ਨੇ ਜਿਹੜਾ ਇਹਨਾਂ ਨੂੰ ਧਮਕੀ ਵਾਲਾ ਫੋਨ ਆਇਆ ਉਸ 'ਚ ਕੀ ਕੀਤਾ ਜਦੋਂ ਵੀ ਸਾਨੂੰ ਅਪਡੇਟ ਆ ਜਾਂਦੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਬਹੁਤ ਸ਼ੁਕਰੀਆ ਜੀ